ਇਹਨਾਂ ਮੋਰਚਿਆਂ ਵਿੱਚੋਂ ਕੁਝ ਮੋਰਚਿਆਂ ਦੀ ਅਗਵਾਈ ਬੀਬੀਆਂ ਵੱਲੋਂ ਵੀ ਕੀਤੀ ਜਾ ਰਹੀ ਸੀ। ਲੋਕ ਕਿੱਡੀਆਂ ਬਹਾਦਰ ਬੀਬੀਆਂ ਸੀਗੀਆਂ, ਤੇ ਅੱਜ ਕੱਲ ਦੀਆਂ ਬੀਬੀਆਂ ਨੂੰ ਤੁਸੀਂ ਲਾ ਲਓ ਹਿਸਾਬ ਵੀ ਕਰਲੀ ਤੋਂ ਵੀ ਡਰ ਲੱਗਦਾ। ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਤੁਹਾਨੂੰ 5 ਜੂਨ 1984 ਦੀ ਹਿਸਟਰੀ ਦਿਖਾਉਣ ਜਾ ਰਹੇ ਹਾਂ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕੀ ਕੁਛ ਹੋਇਆ ਸੀਗਾ, ਹੈ ਨਾ, 1984 ਨੂੰ 5 ਜੂਨ, ਯਾਨੀ ਕਿ ਅੱਜ ਦੇ ਦਿਨ। ਸੋ ਉਹ ਸਾਰੀ ਅੱਜ ਵੀਡੀਓ ਦੇ ਵਿੱਚ ਆਪਾਂ ਬਈ ਦੇਖਦੇ ਹਾਂ ਕਿ ਬਈ ਉਹ ਸਟੋਰੀ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। 5 ਜੂਨ 1984 ਵਾਲੇ ਦਿਨ ਭਾਰਤੀ ਫੌਜ ਦੁਆਰਾ ਚਲਾਏ ਗਏ ਓਪਰੇਸ਼ਨ ਬਲੂ ਸਟਾਰ ਦੌਰਾਨ ਕੀ ਕੁਝ ਹੋਇਆ, ਫੌਜ ਦੇ ਮੋਰਚਿਆਂ ਨੂੰ ਕਿਵੇਂ ਤਬਾਹ ਕੀਤਾ, ਸੰਤ ਜਰਨੈਲ ਸਿੰਘ ਜੀ ਅਤੇ ਬਾਕੀ ਮੋਹਰੀ ਸਿੰਘਾਂ ਦੀ ਜੂਝ ਰਹੇ ਸਿੰਘਾਂ ਨੂੰ ਉਸ ਦਿਨ ਕੀ ਹਦਾਇਤ ਸੀ, ਇਸ ਓਪਰੇਸ਼ਨ ਦੌਰਾਨ ਕੁਲਦੀਪ ਬਰਾੜ ਨੇ ਕਿਹੜੇ ਝੂਠ ਬੋਲੇ, 5 ਜੂਨ ਨੂੰ ਫੌਜ ਦੇ ਕਮਾਂਡੋ ਸਰੋਵਰ ਦੇ ਵਿੱਚੋਂ ਦਰਬਾਰ ਸਾਹਿਬ ਵੱਲ ਕਿਉਂ ਪਹੁੰਚਣਾ ਚਾਹੁੰਦੇ ਸੀ, ਕੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਸੀ। ਅੱਜ ਵਾਲੀ ਵੀਡੀਓ ਵਿੱਚ 5 ਜੂਨ ਦੇ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਨੂੰ ਅਖੀਰ ਆਪਾਂ ਨੂੰ ਮੋਟੀ ਮੋਟੀ ਗੱਲ ਤਾਂ ਸਾਰਿਆਂ ਨੂੰ ਪਤਾ ਹੁੰਦੀ ਹੈ, ਬਾਈ ਪੂਰੀ ਡਿਟੇਲ ਦੇ ਵਿੱਚ ਦੱਸੂਗਾ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਏ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ 4 ਜੂਨ 1984 ਵਾਲੇ ਦਿਨ ਫੌਜ ਨੇ ਅਕਾਲ ਤਖਤ ਸਾਹਿਬ ਉੱਪਰ ਛੋਟੇ ਗੋਲੇ ਮਾਰ ਕੇ ਖੁੱਲ੍ਹੀ ਪਾਵਰਫੁੱਲ ਫਾਇਰਿੰਗ ਕਰਕੇ ਇਸ ਜੰਗ ਦੀ ਸ਼ੁਰੂਆਤ ਕਰ ਦਿੱਤੀ ਸੀ। ਪਿਛਲੀਆਂ ਵੀਡੀਓ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 1 ਜੂਨ ਤੋਂ ਹੀ ਫੌਜ ਨੇ ਟੈਕਟੀਕਲ ਹੈੱਡਕੁਆਰਟਰ ਬਣਾਇਆ ਹੋਇਆ ਸੀ। ਇਸ ਹੈੱਡਕੁਆਰਟਰ ਤੋਂ ਜਨਰਲ ਬਰਾੜ ਪੂਰੇ ਓਪਰੇਸ਼ਨ ਨੂੰ ਮੈਨੇਜ ਕਰ ਰਿਹਾ ਸੀ। ਸੋ ਬਰਾੜ ਦੇ ਹੁਕਮ ਅਨੁਸਾਰ 4 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ ਤਾਂ ਜੋ ਸਿੰਘ ਘਬਰਾ ਜਾਣ, ਪਰ ਸਿੰਘਾਂ ਉੱਤੇ ਇਹਦਾ ਕੋਈ ਅਸਰ ਨਹੀਂ ਹੋਇਆ। ਬਰਾੜ ਨੂੰ ਉਮੀਦ ਸੀ ਕਿ ਸਾਡੀ ਫਾਇਰਿੰਗ ਦੇ ਜਵਾਬ ਵਿੱਚ ਹੋਣ ਵਾਲੀ ਜਵਾਬੀ ਫਾਇਰਿੰਗ ਵਿੱਚ ਸਿੰਘਾਂ ਦੇ ਮੋਰਚਿਆਂ ਦਾ ਪਤਾ ਲੱਗ ਜਾਊ, ਪਰ ਅਜਿਹਾ ਕੁਝ ਨਹੀਂ ਹੋਇਆ। ਬਰਾੜ ਨੂੰ ਪਤਾ ਸੀ ਕਿ ਇਹਨਾਂ ਮੋਰਚਿਆਂ ਨੂੰ ਬਣਾਉਣ ਵਾਲਾ ਜਨਰਲ ਸੁਬੇਗ ਸਿੰਘ, ਜਿਸ ਦੀ ਸਿਆਣਪ ਅਤੇ ਯੁੱਧ ਨੀਤੀ ਤੋਂ ਬਰਾੜ ਨੂੰ ਵੀ ਡਰ ਲੱਗਦਾ ਸੀ। ਸਹੀ ਗੱਲ ਆ ਯਾਰ, ਉਹਨਾਂ ਨੇ ਬੰਗਲਾਦੇਸ਼ ਬਣਾਤਾ ਸੀਗਾ, ਹੈ ਨਾ, ਜਨਰਲ ਸੁਬੇਗ ਸਿੰਘ ਜੀ ਨੇ, ਅਤੇ ਉਹਨਾਂ ਨੂੰ ਵੀ ਦੇਸ਼ ਨੇ ਇਹ ਇਨਾਮ ਦਿੱਤਾ ਸੀ। ਸੋ 4 ਜੂਨ ਦੀ ਸਾਰੀ ਰਾਤ ਫਾਇਰਿੰਗ ਹੁੰਦੀ ਰਹੀ। ਇਸ ਫਾਇਰਿੰਗ ਦਾ ਮੇਨ ਟਾਰਗੇਟ ਸੀ ਉੱਚੇ ਅਤੇ ਸਾਹਮਣੇ ਵਾਲੇ ਮੋਰਚੇ, ਜਿਨ੍ਹਾਂ ਨੂੰ ਫੌਜ ਦੇਖ ਸਕਦੀ ਸੀ, ਜਿਵੇਂ ਪੁੰਗਿਆਂ ਵਾਲੇ ਮੋਰਚੇ, ਟੈਂਕੀ ਵਾਲਾ ਮੋਰਚਾ, ਬ੍ਰਹਮ ਅਖਾੜਾ ਵਾਲਾ ਮੋਰਚਾ। ਸੋ ਜਨਰਲ ਸੁਬੇਗ ਸਿੰਘ ਵੱਲੋਂ ਸਿੰਘਾਂ ਨੂੰ ਹਦਾਇਤ ਸੀ ਕਿ ਅੰਦਰਲੇ ਮੋਰਚਿਆਂ ਤੋਂ ਸਿਰਫ ਲੋੜ ਪੈਣ 'ਤੇ ਹੀ ਫਾਇਰਿੰਗ ਕੀਤੀ ਜਾਵੇ। ਸੋ 4 ਜੂਨ ਦੀ ਰਾਤ ਕੇਵਲ ਉੱਪਰਲੇ ਅਤੇ ਛੱਤਾਂ ਵਾਲੇ ਮੋਰਚਿਆਂ ਤੋਂ ਹੀ ਫਾਇਰਿੰਗ ਕੀਤੀ ਗਈ। ਜੋ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰਲੇ ਲੁਕਵੇਂ ਮੋਰਚੇ ਸੀ, ਉੱਥੋਂ ਕਿਸੇ ਤਰ੍ਹਾਂ ਦੀ ਕੋਈ ਵੀ ਫਾਇਰਿੰਗ ਨਹੀਂ ਕੀਤੀ। ਹਾਂ ਵੀ ਲੋਕੇਸ਼ਨ ਨਾ ਪਤਾ ਲੱਗੇ, ਹੈ ਨਾ, ਵੀ ਕਿੱਥੇ ਕਿੱਥੇ ਮੋਰਚੇ ਆ ਗਏ, ਸਿਰਫ ਤਾਂ ਵਾਲੇ ਜਿਹੜੇ ਸਾਹਮਣੇ ਦਿਖ ਰਹੇ ਸੀਗੇ ਮੋਰਚੇ, ਉੱਥੋਂ ਹੀ ਲੜਾਈ ਕੀਤੀ ਗਈ ਸੀਗੀ, ਕਿਉਂਕਿ ਫੌਜ ਅਜੇ ਤੱਕ ਬਾਹਰਲੇ ਮੋਰਚਿਆਂ ਦਾ ਹੀ ਮੁਕਾਬਲਾ ਕਰ ਰਹੀ ਸੀ ਜੋ ਕਿ ਦਿਸ ਰਹੇ ਸੀ, ਕਿਉਂਕਿ ਫੌਜ ਨੂੰ ਪਤਾ ਸੀ ਕਿ ਜਦੋਂ ਤੱਕ ਇਹਨਾਂ ਮੋਰਚਿਆਂ ਨੂੰ ਨਹੀਂ ਉਡਾਇਆ ਜਾ ਸਕਦਾ ਉਨਾ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਐਂਟਰ ਨਹੀਂ ਹੋ ਸਕਦੇ। ਇਸ ਫਾਇਰਿੰਗ ਦੇ ਦੌਰਾਨ ਸਿੰਘਾਂ ਦੇ ਕਈ ਮੋਰਚੇ ਖਤਮ ਹੋ ਗਏ ਸੀ। ਜਦੋਂ ਕੋਈ ਮੋਰਚਾ ਨੁਕਸਾਨਿਆ ਜਾਂਦਾ ਸੀ ਤਾਂ ਬਚੇ ਹੋਏ ਸਿੰਘ ਆਪਣੀ ਯੁੱਧ ਨੀਤੀ ਅਨੁਸਾਰ ਅਗਲੇ ਮੋਰਚਿਆਂ 'ਤੇ ਜਾ ਕੇ ਡਟ ਜਾਂਦੇ ਸੀ। ਸੋ 5 ਜੂਨ ਦੇ ਲਗਭਗ ਸਾਰੇ ਦਿਨ ਵੀ ਇਹ ਦਿਸ ਰਹੇ ਮੋਰਚਿਆਂ ਉੱਪਰ ਫਾਇਰਿੰਗ ਹੁੰਦੀ ਰਹੀ, ਪਰ ਸਿੰਘਾਂ ਨੇ ਜੋ ਅੰਦਰਲੇ ਗੁਪਤ ਮੋਰਚੇ ਸੀ ਉਹਨਾਂ ਦੀ ਮਜ਼ਬੂਤੀ ਕਰਨੀ ਵੀ ਸ਼ੁਰੂ ਕਰ ਦਿੱਤੀ। ਉਸ ਦਿਨ ਸੰਤ ਜਰਨੈਲ ਸਿੰਘ ਜੀ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਵਰਗੇ ਮੁਖੀ ਸਿੰਘਾਂ ਦੀ ਜੂਝ ਰਹੇ ਸਿੰਘਾਂ ਨੂੰ ਹਦਾਇਤ ਸੀ ਕਿ ਕੋਈ ਵੀ ਬਿਨਾਂ ਮਤਲਬ ਇੱਧਰ ਉੱਧਰ ਨਹੀਂ ਘੁੰਮੇਗਾ ਅਤੇ ਫਾਇਰਿੰਗ ਕੇਵਲ ਦੁਸ਼ਮਣ ਦਿਸਣ 'ਤੇ ਹੀ ਕੀਤੀ ਜਾਏਗੀ ਅਤੇ ਗੋਲੀਆਂ ਨੂੰ ਵੇਸਟ ਨਾ ਕੀਤਾ ਜਾਏ। ਮੋਰਚਿਆਂ ਵਿੱਚ ਪਾਣੀ, ਭੁੱਜੇ ਛੋਲੇ ਅਤੇ ਗੁੜ ਦਾ ਪ੍ਰਬੰਧ ਕੀਤਾ ਜਾਏ। ਜਿਨ੍ਹਾਂ ਸਿੰਘ
ਮਤਲਬ ਸਾਰਾ ਕੁਛ ਹੈ ਨਾ ਪੂਰਾ ਇੱਕ ਐਕੂਰੇਟ ਤਰੀਕੇ ਨਾਲ ਹੋਇਆ ਸੀਗਾ, ਹੈ ਨਾ। ਐਂ ਨਹੀਂ ਸੀਗਾ ਵੀ ਮਤਲਬ ਇਕੱਲਾ ਫੌਜ 'ਚ ਹੀ ਨਹੀਂ ਡਿਸਿਪਲਿਨ ਹੁੰਦਾ ਗਾ, ਉਦੋਂ ਉਹਨਾਂ ਸਿੰਘਾਂ 'ਚ ਵੀ ਡਿਸਿਪਲਿਨ ਦੇਖਣ ਨੂੰ ਮਿਲਿਆ, ਹੈ ਨਾ, ਉਹ ਵੀ ਇੰਨੇ ਐਕਸਟ੍ਰੀਮ ਲੈਵਲ 'ਤੇ, ਹੈ ਨਾ ਯਾਰ। ਅਤੇ ਜਦੋਂ ਬਾਜਾਂ ਵਾਲੇ ਦਾ ਊਟ ਆਸਰਾ ਹੋਵੇ, ਹੈ ਨਾ, ਰਸਤੇ ਸਾਰੇ ਆਪ ਵੀ ਖੁੱਲ੍ਹਦੇ ਹੈਗੇ, ਹੈ ਨਾ। ਸੋ ਮਤਲਬ ਐਡੀ ਫੌਜ ਦੇਖ ਕੇ, ਹੈ ਨਾ ਯਾਰ, ਹਰੇਕ ਬੰਦੇ ਦੇ ਹੌਂਸਲੇ ਪਸਤ ਹੋ ਜਾਂਦੇ, ਹੈ ਨਾ। ਪਰ ਬਈ ਧੰਨ ਸੀਗੇ ਯਾਰ ਉਹ ਸਿੰਘ, ਹੈ ਨਾ, ਜਿਨ੍ਹਾਂ ਨੇ ਇਹ ਚੀਜ਼ਾਂ ਫੇਸ ਕੀਤੀਆਂ। ਸਿੰਘਾਂ ਦੇ ਕੋਲ ਦੋ ਦੋ ਹਥਿਆਰ ਨੇ, ਉਹ ਇੱਕ ਹਥਿਆਰ ਉਹਨਾਂ ਸਿੰਘਾਂ ਨੂੰ ਦੇਣ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ, ਅਤੇ ਜੋ ਦਿਸ ਰਹੇ ਮੋਰਚੇ ਨੇ ਜਿਨ੍ਹਾਂ ਦਾ ਫੌਜ ਵੱਲੋਂ ਨੁਕਸਾਨ ਕੀਤਾ ਜਾ ਚੁੱਕਾ, ਉਹ ਮੋਰਚਿਆਂ ਦੇ ਬਚੇ ਹੋਏ ਸਿੰਘ ਸੈਕਿੰਡ ਡਿਫੈਂਸ ਮਤਲਬ ਅੰਦਰਲੇ ਮੋਰਚਿਆਂ ਉੱਪਰ ਆ ਕੇ ਡਟ ਜਾਣ। ਸੋ ਇਸ ਤਰ੍ਹਾਂ ਅੰਦਰਲੇ ਜਰਨੈਲ ਆਪਣੇ ਸਿੰਘਾਂ ਨੂੰ ਹਦਾਇਤਾਂ ਦੇ ਰਹੇ ਸੀ ਅਤੇ ਬਾਹਰਲੀ ਫੌਜ ਨੂੰ ਉਹਨਾਂ ਦੇ ਜਰਨੈਲ। ਤਕਰੀਬਨ 5 ਜੂਨ ਦੀ ਦੁਪਹਿਰ ਲੰਘ ਚੁੱਕੀ ਸੀ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਮੌਜੂਦ ਪਾਣੀ ਵਾਲੀ ਟੈਂਕੀ ਉੱਪਰ ਧੱਕਾ ਨਾ ਮਾਰਨ ਵਾਲੀ 106 mm ਗਨ ਅਤੇ 3.7 inch ਹੋਵਿਟਜ਼ਰ ਗਨ ਦੇ ਜੋ ਗੋਲੇ ਸੀ ਉਹ ਦਾਗੇ ਗਏ। ਉਹਨਾਂ ਗੋਲਿਆਂ ਦੇ ਨਾਲ ਉਹਨਾਂ ਉੱਚੀਆਂ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ। ਸੋ 5 ਜੂਨ ਸ਼ਾਮ ਤੱਕ ਦਿਸ ਰਹੇ ਮੋਰਚੇ ਲਗਭਗ ਤਬਾਹ ਕਰ ਦਿੱਤੇ ਗਏ, ਜਿਨ੍ਹਾਂ ਵਿੱਚ ਹੋਟਲ ਟੈਂਪਲ ਵਿਊ, ਬ੍ਰਹਮ ਬੂਟਾ ਅਖਾੜਾ ਅਤੇ ਕੁਝ ਹੋਰ ਵੀ ਮੋਰਚੇ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਇਹਨਾਂ ਮੋਰਚਿਆਂ ਵਿੱਚੋਂ ਕੁਝ ਮੋਰਚਿਆਂ ਦੀ ਅਗਵਾਈ ਬੀਬੀਆਂ ਵੱਲੋਂ ਵੀ ਕੀਤੀ ਜਾ ਰਹੀ ਸੀ, ਜਿਨ੍ਹਾਂ ਦੇ ਯਾਰ ਕਿੱਡੀ, ਹੈ ਨਾ, ਦੇਖ ਲਓ ਕਿੱਡੀਆਂ ਬਹਾਦਰ ਬੀਬੀਆਂ ਸੀਗੀਆਂ ਉਹ। ਅਤੇ ਅੱਜ ਕੱਲ੍ਹ ਦੀਆਂ ਬੀਬੀਆਂ ਨੂੰ ਤੁਸੀਂ ਲਾ ਲਓ ਹਿਸਾਬ ਵੀ, ਕਰਲੀ ਤੋਂ ਵੀ ਡਰ ਲੱਗਦਾ, ਹੈ ਨਾ, ਕਰਲੀ ਤੋਂ ਡਰ ਡਰ ਕੇ ਭੱਜੀਆਂ ਫਿਰਦੇ ਆ, ਉਹਨਾਂ ਨੇ ਕੀ ਸੂਰਮੇ ਜੰਮਣੇ ਆ। ਸਬੂਤ ਕੁਝ ਲਿਖਤਾਂ ਅਤੇ ਕਈ ਬਿਆਨਾਂ ਤੋਂ ਵੀ ਮਿਲਦਾ। ਸੋ ਹੁਣ ਤੱਕ ਇਹਨਾਂ ਮੋਰਚਿਆਂ ਨੂੰ ਫੌਜ ਨੇ ਆਸਾਨੀ ਨਾਲ ਤਬਾਹ ਕਰ ਦਿੱਤਾ ਸੀ, ਪਰ ਇਹ ਮੋਰਚੇ ਤਾਂ ਜਨਰਲ ਸੁਬੇਕ ਸਿੰਘ ਦੀ ਰਣਨੀਤੀ ਦਾ ਹੀ ਹਿੱਸਾ ਸੀ, ਜਿਸ ਨਾਲ ਫੌਜ ਦੇ ਮੁਖੀਆਂ ਨੂੰ ਭਰਮ ਹੋ ਗਿਆ ਸੀ ਕਿ ਜਿਵੇਂ ਅਸੀਂ ਆਸਾਨੀ ਨਾਲ ਇਹ ਮੋਰਚੇ ਜਿੱਤ ਲਏ ਆ, ਇੰਨੀ ਜਲਦੀ ਨਾਲ ਹੀ ਅਸੀਂ ਅੰਦਰਲੇ ਮੋਰਚੇ ਵੀ ਜਿੱਤ ਲਵਾਂਗੇ। ਪਰ ਜੋ ਬਾਅਦ ਵਿੱਚ ਜੋ ਅੰਦਰ ਹਾਲਾਤ ਬਣੇ, ਜਿਨ੍ਹਾਂ ਦਾ ਜ਼ਿਕਰ ਕੁਲਦੀਪ ਰਾੜ ਖੁਦ ਵੀ ਆਪਣੀ ਕਿਤਾਬ 'ਚ ਕਰਦਾ, ਉਹ ਫੌਜ ਲਈ ਬੜਾ ਡਰਾਉਣਾ ਸੀ। ਅਜਿਹਾ ਸਮਾਂ ਵੀ ਆ ਗਿਆ ਸੀ ਕਿ ਫੌਜ ਅੰਦਰ ਜਾਣ ਤੋਂ ਡਰ ਰਹੀ ਸੀ ਅਤੇ ਬਰਾੜ ਉਹਨਾਂ ਨੂੰ ਗਾਲਾਂ ਕੱਢ ਕੇ ਧੱਕੇ ਨਾਲ ਅੰਦਰ ਭੇਜ ਰਿਹਾ ਸੀ। ਇਸ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਜਦੋਂ ਅੰਦਰਲੇ ਮੋਰਚਿਆਂ ਦੇ ਬਾਰੇ ਗੱਲ ਕਰਾਂਗੇ। ਸੋ 5 ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ, ਪਰ ਫੌਜ ਆਪਣੀ ਪਲੈਨਿੰਗ ਵਿੱਚ ਕਾਮਯਾਬ ਨਹੀਂ ਹੋ ਪਾਈ। ਪਲੈਨਿੰਗ ਫੌਜ ਦੀ ਇਹ ਸੀ ਕਿ ਅੰਦਰਲੇ ਮੋਰਚਿਆਂ ਦੀ ਸ਼ਨਾਖਤ ਹੋ ਸਕੇ ਕਿ ਕਿਹੜੇ ਮੋਰਚੇ ਕਿੱਥੇ ਆ, ਪਰ ਨਾ ਤਾਂ ਪੂਰੀ ਤਰ੍ਹਾਂ ਹਥਿਆਰਾਂ ਦੀ ਸ਼ਨਾਖਤ ਹੋ ਪਾਈ ਅਤੇ ਨਾ ਹੀ ਮੋਰਚਿਆਂ ਦੀ। ਸੋ ਬਾਹਰਲੇ ਦਿਸਦੇ ਮੋਰਚਿਆਂ ਨੂੰ ਜਨਰਲ ਸੁਬੇਗ ਸਿੰਘ ਸੀਗੇ ਜਿਹੜੇ, ਉਹ ਗੁਰੀਲਾ ਯੁੱਧ ਨੀਤੀ ਦੇ ਬਹੁਤ ਵੱਡੇ ਮਾਹਰ ਸੀਗੇ, ਹੈ ਨਾ। ਉਹਨਾਂ ਨੇ ਮਤਲਬ ਜਿਹੜੀ ਟ੍ਰੇਨਿੰਗ ਦਿੱਤੀ ਸੀ ਨਾ, ਸਾਰੀ ਪੂਰੇ ਇੰਸਟਰਕਸ਼ਨ ਦਿੱਤੇ ਹੋਏ ਸੀਗੇ ਵੀ ਐਂ ਕਰਨਾ ਆਪਾਂ, ਹੈ ਨਾ, ਮਤਲਬ ਕੋਈ ਵੀ ਸਿੰਘ ਆ ਜਿਹੜਾ ਇਸ ਡਿਸਿਪਲਿਨ ਤੋਂ ਬਾਹਰ ਰਹਿ ਕੇ ਕੋਈ ਗੱਲ ਨਹੀਂ ਕਰੂਗਾ, ਹੈ ਨਾ, ਕੋਈ ਵੀ ਕੰਮ ਜਿਹੜਾ ਜਿਵੇਂ ਦੱਸਿਆ ਵਾ ਸਾਰਾ ਕੁਛ ਉਸੇ ਤਰ੍ਹਾਂ ਹੋਊਗਾ। ਅਤੇ ਜਦੋਂ ਲੋੜ ਆ, ਹੈ ਨਾ, ਫਾਇਰ ਕਰਨ ਦੀ ਉਦੋਂ ਹੀ ਫਾਇਰ ਕਰਨਾ ਗਾ, ਗੋਲੀਆਂ ਵੇਸਟ ਨਹੀਂ ਕਰਨੀਆਂ, ਖਾਣ ਪੀਣ ਦਾ ਸਮਾਨ ਨਹੀਂ ਵੇਸਟ ਕਰਨਾ, ਹੈ ਨਾ, ਬਸ ਪਰਮਾਤਮਾ ਦਾ ਨਾਂ ਲੈਣਾ। ਤਬਾਹ ਕਰਨ ਤੋਂ ਬਾਅਦ ਫੌਜ ਆਪਣੀ ਪਲੈਨਿੰਗ ਕਰਦੀ ਆ। ਇਹ ਪਲੈਨਿੰਗ ਵਿੱਚ ਮੁੱਢਲੀ ਕਾਰਵਾਈ ਇਹ ਸੀ ਕਿ BSF ਨੇ 5 ਜੂਨ ਦੀ ਰਾਤ ਨੂੰ 9 ਵਜੇ ਤੱਕ ਹੋਟਲ ਟੈਂਪਲ ਵਿਊ ਨੂੰ ਆਪਣੇ ਕਬਜ਼ੇ 'ਚ ਲੈਣਾ, ਅਤੇ ਦੂਸਰਾ ਸੀ CRPF ਨੇ 5 ਜੂਨ ਨੂੰ ਰਾਤ ਦੇ 10 ਵਜੇ ਤੱਕ ਬ੍ਰਹਮ ਅਖਾੜਾ ਨੂੰ ਕਬਜ਼ੇ 'ਚ ਲੈ ਲੈਣਾ। ਉਹਨਾਂ ਦਾ ਅਗਲਾ ਪਲੈਨ ਸੀ ਕਿ 10 ਗਾਰਡਸ ਨੇ 6 ਜੂਨ ਰਾਤ 1 ਵਜੇ ਤੱਕ ਹਰਿਮੰਦਰ ਸਾਹਿਬ ਸਮੂਹ ਦੀ ਉੱਤਰੀ ਬਾਹੀ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਸੀ। ਉੱਤਰੀ ਬਾਹੀ ਉਹ ਆ ਜਿੱਧਰ ਘੰਟਾ ਘਰ ਮੇਨ ਗੇਟ ਦੀ ਐਂਟਰੈਂਸ ਆ। ਇਸੇ ਤਰ੍ਹਾਂ ਜੋ ਪੈਰਾ ਕਮਾਂਡੋ ਸੀ, ਰਾਤ 1 ਵਜੇ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿੱਚ ਉਹਨਾਂ ਨੇ ਪਹੁੰਚਣਾ ਸੀ। ਇੱਥੇ SFF ਨੇ ਕਨੈਸਟਰ ਗੈਸ ਦੇ ਗੋਲੇ ਅਕਾਲ ਤਖਤ ਸਾਹਿਬ ਦੇ ਅੰਦਰ ਸੁੱਟਣੇ ਸੀ, ਕਿਉਂਕਿ ਪਹਿਲਾਂ ਸਰਕਾਰ ਦਾ ਇਹ ਹੁਕਮ ਸੀ ਕਿ ਹੋ ਸਕੇ ਤਾਂ ਮੋਹਰੀ ਸਿੰਘਾਂ ਨੂੰ ਜਿਉਂਦਿਆਂ ਫੜਿਆ ਜਾਵੇ ਤਾਂ ਜੋ ਸਿੰਘਾਂ ਨੂੰ ਨੀਵਾਂ ਦਿਖਾਇਆ ਜਾ ਸਕੇ। ਇਸੇ ਤਰ੍ਹਾਂ ਫੌਜ ਨੇ ਉਸ ਸਮੇਂ ਡਾਈਵਰਸ ਵੀ ਬੁਲਾਏ ਸੀ, ਜਿਨ੍ਹਾਂ ਨੇ ਸਰੋਵਰ ਵਿੱਚ ਦੀ ਤੈਰ ਕੇ ਹਰਿਮੰਦਰ ਸਾਹਿਬ ਤੱਕ ਪਹੁੰਚ ਕੇ ਫਿਰ ਦਰਸ਼ਨੀ ਡਿਉੜੀ ਤੱਕ ਪਹੁੰਚਣਾ ਸੀ। ਇਹ ਡਾਈਵਰਸ ਵੀ ਕਮਾਂਡੋ ਫੋਰਸ ਹੀ ਸੀ। ਇਹਨਾਂ ਬਾਰੇ ਕੁਲਦੀਪ ਬਰਾੜ ਨੇ ਇੱਕ ਝੂਠ ਵੀ ਬੋਲਿਆ ਸੀ ਕਿ ਅਸੀਂ ਡਾਈਵਰਸ ਹਰਿਮੰਦਰ ਸਾਹਿਬ ਬਿਲਡਿੰਗ ਵੱਲ ਇਸ ਲਈ ਭੇਜ ਰਹੇ ਹਾਂ
ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਿੰਘਾਂ ਦੇ ਮੋਰਚੇ ਆ, ਪਰ ਇਹ ਬਿਲਕੁਲ ਝੂਠ ਹੈ। ਇਸ ਬਾਰੇ ਉਸ ਸਮੇਂ ਦੇ ਹੈੱਡ ਗ੍ਰੰਥੀ ਅਤੇ ਹੋਰ ਵੀ ਸਿੰਘਾਂ ਦੀਆਂ ਇੰਟਰਵਿਊ ਵਿੱਚ ਤੁਸੀਂ ਸੁਣ ਸਕਦੇ ਹਾਂ। ਕੁਲਦੀਪ ਬਰਾੜ ਨੇ ਤਾਂ ਇੱਕ ਇੰਟਰਵਿਊ ਵਿੱਚ ਇੱਥੋਂ ਤੱਕ ਵੀ ਕਿਹਾ ਸੀ ਕਿ ਖਾੜਕੂ ਸਿੰਘਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਬਰੂਦ ਭਰ ਦਿੱਤਾ ਸੀ ਅਤੇ ਉਹ ਇਸ ਨੂੰ ਉਡਾਉਣਾ ਚਾਹੁੰਦੇ ਸੀ ਤਾਂ ਜੋ ਇਸ ਦਾ ਇਲਜ਼ਾਮ ਫੌਜ 'ਤੇ ਲਗਾਇਆ ਜਾ ਸਕੇ। ਪਰ ਇਹ ਵੀ ਦੇਖ ਲਓ ਯਾਰ, ਕਿਹੇ ਕਿਹੇ ਜਿਹੀਆਂ ਸਾਜ਼ਿਸ਼ਾਂ ਕੀਤੀਆਂ ਹਨ ਇਹਨਾਂ ਨੇ, ਬਿਲਕੁਲ ਝੂਠ ਸੀ। ਸੋ ਹੁਣ ਆਪਾਂ ਪਲੈਨਿੰਗ ਬਾਰੇ ਅੱਗੇ ਗੱਲ ਕਰਦੇ ਹਾਂ। 26 ਮਦਰਾਸ ਫੌਜ ਨੇ ਰਾਤ 1 ਵਜੇ ਤੱਕ ਹਰਿਮੰਦਰ ਸਾਹਿਬ ਸਮੂਹ ਦੀ ਦੱਖਣੀ ਅਤੇ ਪੂਰਬੀ ਬਾਹੀਆਂ, ਬਾਬਾ ਦੀਪ ਸਿੰਘ ਜੀ ਹੋਰਾਂ ਦਾ ਜਿੱਧਰ ਸ਼ਹੀਦ ਗੰਜ ਆ ਉਹ ਇਲਾਕਾ ਅਤੇ ਜੋ ਲੰਗਰਹਾਲ ਵਾਲੇ ਪਾਸੇ ਦੀ ਬਾਹੀ ਹੈ, ਇਹ ਸਾਰੇ ਇਲਾਕੇ ਉੱਪਰ ਕਬਜ਼ਾ ਕਰਨਾ ਸੀ। ਅਤੇ 9 ਕਮਾਊਂ ਰੈਜੀਮੈਂਟ ਨੇ ਰਾਤ 1 ਵਜੇ ਤੱਕ ਜੋ ਰਾਮਦਾਸਰਾਂ ਅਤੇ SGPC ਦਾ ਦਫ਼ਤਰ ਹੈ ਉਸ ਇਲਾਕੇ ਨੂੰ ਕਬਜ਼ੇ ਵਿੱਚ ਲੈਣਾ ਸੀ। ਇਹ ਸਾਰੇ ਪਾਸਿਆਂ ਤੋਂ ਫੌਜ ਨੇ ਇੱਕੋ ਸਮੇਂ ਹੀ ਹਮਲਾ ਕਰਨਾ ਸੀ ਤਾਂ ਜੋ ਸਿੰਘਾਂ ਕੋਲੋਂ ਕਿਸੇ ਵੀ ਪਾਸੇ ਸਾਹਮਣਾ ਨਾ ਕੀਤਾ ਜਾ ਸਕੇ। ਸੋ ਉਸ ਸਮੇਂ ਬਾਅਦ 6 ਜੂਨ ਨੂੰ ਸਵੇਰੇ 4 ਵਜੇ ਤੱਕ ਇਹ ਸਾਰੀ ਫੌਜੀ ਕਾਰਵਾਈ ਨੂੰ ਕੰਪਲੀਟ ਕਰਨਾ ਸੀ। ਇਸ ਸਮੇਂ ਤੱਕ ਤਲਾਸ਼ੀਆਂ ਅਤੇ ਸਰਚ ਓਪਰੇਸ਼ਨ ਕਰਨਾ ਸੀ। ਇਸ ਤੋਂ ਇਲਾਵਾ 9 ਕਮਾਊਂ ਰੈਜੀਮੈਂਟ ਨੇ 8 ਵਜੇ ਤੱਕ ਸਵੇਰੇ ਸਾਰੇ ਹਿੱਸਿਆਂ ਨੂੰ ਕਬਜ਼ੇ ਵਿੱਚ ਲੈ ਲੈਣਾ ਸੀ ਅਤੇ SFF ਨੇ ਕੈਦੀ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਕਬਜ਼ੇ 'ਚ ਲੈਣਾ ਸੀ। ਅਤੇ 12 ਬਿਹਾਰ ਰੈਜੀਮੈਂਟ ਨੇ ਸਾਰੇ ਦਰਬਾਰ ਸਾਹਿਬ ਦੁਆਲੇ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰਕੇ ਰੱਖਣਾ ਸੀ। ਸੋ ਕਿੰਨੀਆਂ ਰੈਜੀਮੈਂਟਾਂ ਸੀਗੀਆਂ ਯਾਰ ਫੌਜ ਦੀਆਂ, ਹਨ। ਜੇਕਰ ਆਪਾਂ ਇਸ ਯੁੱਧ ਵਿੱਚ ਦੋਨੇ ਤਰ੍ਹਾਂ ਦੀ ਤੁਲਨਾ ਕਰਦੇ ਹਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ। ਇੱਕ ਪਾਸੇ ਗਿਣਤੀ ਦੇ ਸਿੰਘਾਂ ਕੋਲ ਵੱਡੇ ਤੋਂ ਵੱਡਾ ਹਥਿਆਰ ਸੀ, ਉਹ ਵੀ ਮਸ਼ੀਨ ਗਨ, ਅਤੇ ਦੂਸਰੇ ਪਾਸੇ ਫੌਜ ਕੋਲ ਦੁਨੀਆ ਭਰ ਦੇ ਹਰ ਪ੍ਰਕਾਰ ਦੇ ਹਥਿਆਰ। ਇਹ ਸਾਰੇ ਹਥਿਆਰਾਂ ਨੂੰ ਫੌਜ ਨੇ ਕਦੋਂ ਕਿਵੇਂ ਵਰਤਿਆ, ਇਸ ਬਾਰੇ ਆਪਾਂ 6 ਜੂਨ ਵਾਲੀ ਵੀਡੀਓ 'ਚ ਗੱਲ ਕਰਨੀ ਆ, ਉਦੋਂ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ। ਸੋ ਫੌਜ ਦੀ ਪਲੈਨਿੰਗ ਵਿੱਚ ਬਖਤਰਬੰਦ ਗੱਡੀਆਂ ਨਾਲ ਫੌਜ ਦੇ ਅੰਦਰ ਜਾਣਾ ਸੀ। ਫੌਜ ਨੇ ਉਸ ਸਮੇਂ ਕਨੈਸਟਰ ਗੈਸ ਦੇ ਗੋਲੇ ਵੀ ਮੰਗਵਾ ਲਏ ਸੀ। ਇਸ ਦੀ ਟ੍ਰੇਨਿੰਗ ਵੀ ਫੌਜ ਨੂੰ ਜਲਦੀ ਵਿੱਚ ਉੱਥੇ ਹੀ ਦਿੱਤੀ ਗਈ ਸੀ, ਕਿਉਂਕਿ ਇਸ ਗੈਸ ਦੀ ਵਰਤੋਂ ਫੌਜ ਵੱਲੋਂ ਬਹੁਤ ਘੱਟ ਕਾਰਵਾਈ ਵਿੱਚ ਕੀਤੀ ਜਾਂਦੀ ਸੀ, ਜੋ ਕਿ ਕਿਸੇ ਦੂਸਰੇ ਦੁਸ਼ਮਣ ਦੇਸ਼ ਦੇ ਖਿਲਾਫ ਵਰਤੀ ਜਾਂਦੀ ਸੀ। ਕਈ ਮੁਲਕਾਂ ਨੇ ਤਾਂ ਇਸ ਉੱਪਰ ਪਾਬੰਦੀ ਵੀ ਲਗਾਈ ਹੋਈ ਹੈ। ਸੋ 5 ਜੂਨ ਨੂੰ ਫੌਜ ਵੱਲੋਂ ਅਨਾਊਂਸਮੈਂਟ ਵੀ ਕੀਤੀਆਂ ਗਈਆਂ ਕਿ ਜੇਕਰ ਕੋਈ ਸ਼ਰਧਾਲੂ ਜਾਂ ਹੋਰ ਬਾਹਰ ਆਉਣਾ ਚਾਹੇ ਤਾਂ ਉਹ ਚਿੱਟਾ ਝੰਡਾ ਦਿਖਾ ਕੇ ਆ ਸਕਦਾ, ਪਰ ਇਸ ਸਮੇਂ ਕੇਵਲ ਕੁਝ ਬਜ਼ੁਰਗ ਹੀ ਬਾਹਰ ਆਏ। ਇਸ ਸਮੇਂ ਵੀ ਕੁਲਦੀਪ ਬਰਾੜ ਨੇ ਝੂਠ ਬੋਲਿਆ ਕਿ ਆਮ ਲੋਕ ਤਾਂ ਬਾਹਰ ਆਉਣਾ ਚਾਹੁੰਦੇ ਆ, ਪਰ ਸਿੰਘਾਂ ਨੇ ਉਹਨਾਂ ਨੂੰ ਬੰਦੀ ਬਣਾਇਆ ਹੋਇਆ। ਪਰ ਦੇਖ ਲਓ ਯਾਰ, ਕਿੱਡੀਆਂ ਕਿੱਡੀਆਂ ਸਾਜ਼ਿਸ਼ਾਂ, ਹੈ ਨਾ, ਕੀ ਕਹੇ ਬੰਦਾ ਯਾਰ। ਫਿਰ ਕਹਿ ਦਿੰਦੇ ਹੈਗੇ ਵੀ ਤੁਸੀਂ ਅਲੱਗ ਸਮਝਦੇ ਹਾਂ ਆਪਦੇ ਆਪ ਨੂੰ, ਹੈ ਨਾ। ਇਹ ਸਭ ਵੀ ਬਿਲਕੁਲ ਝੂਠ ਸੀ। ਸੋ ਅੱਗੇ ਫੌਜ ਅਤੇ ਆਪਾਂ, ਚਲੋ ਇਹ ਤਾਂ ਪੁਰਾਣੀਆਂ ਗੱਲਾਂ, ਹੈ ਨਾ, ਚਲੋ ਅੱਜ ਦੀਆਂ ਗੱਲਾਂ ਜੀ ਆਪਾਂ ਦੇਖ ਸਕਦੇ ਹਾਂ, ਹੈ ਨਾ, ਜਿਵੇਂ ਅੰਮ੍ਰਿਤਪਾਲ ਵਰਗੇ ਹੋ ਗਏ, ਹੈ ਨਾ, ਭਾਈ ਅੰਮ੍ਰਿਤਪਾਲ ਸਿੰਘ, ਹੈ ਨਾ, ਆਪਾਂ ਨੂੰ ਵੀ ਪਤਾ, ਹੈ ਨਾ, ਵੀ ਉਹ ਕੀ ਕਹਿੰਦੇ ਸੀਗੇ, ਇੱਥੇ ਉਹ ਕੋਈ ਹੋਰ ਭਾਸ਼ਣ ਦਿੰਦੇ ਸੀਗੇ, ਹੈ ਨਾ, ਅਤੇ ਜਿਹੜਾ ਮੰਨ ਕੇ ਚੱਲੋ ਵੀ ਮੇਨ ਸਟ੍ਰੀਮ ਮੀਡੀਆ ਗਾ, ਉਹਦੇ ਵਿੱਚ ਉਹ ਗੱਲ ਨੂੰ ਤੋੜ ਮੋੜ ਕੇ ਕਿਸੇ ਹੋਰ ਹਿਸਾਬ ਨਾਲ ਹੀ ਪੇਸ਼ ਕੀਤਾ ਜਾਂਦਾ ਸੀਗਾ, ਹੈ ਨਾ, ਸਾਰੀ ਦੁਨੀਆ ਦੇ ਸਾਹਮਣੇ, ਤਾਂ ਕਿ ਸਿੰਘਾਂ ਨੂੰ ਅੱਤਵਾਦੀ ਬਣਾਇਆ ਜਾ ਸਕੇ, ਹੈ ਨਾ। ਉਹੀ ਸਾਰਾ ਕੁਛ ਉਦੋਂ ਹੋਇਆ, ਹੈ ਨਾ, ਚਲੋ ਉਦੋਂ ਆਪਾਂ ਤਾਂ ਹੈ ਨਹੀਂ ਸੀਗੇ, ਪਰ ਹੁਣ ਤਾਂ ਹੈਗੇ, ਹੈ ਨਾ, ਆਪਾਂ ਹੁਣ ਦੇ ਹਾਲਾਤ ਹੀ ਦੇਖ ਲਈਏ ਜੇ, ਅਤੇ ਆਪਾਂ ਕੰਪੇਅਰ ਕਰ ਸਕਦੇ ਹਾਂ ਇਹ ਚੀਜ਼ ਨੂੰ, ਹੈ ਨਾ, ਵੀ ਮਤਲਬ ਉਦੋਂ ਤਾਂ ਫਿਰ ਕਿੰਨੀਆਂ ਕੁ ਸਾਜ਼ਿਸ਼ਾਂ ਕੀਤੀਆਂ ਹੋਣੀਆਂ, ਹੁਣ ਤਾਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇੰਨਾ ਇੰਟਰਨੈੱਟ ਆ ਚੁੱਕਿਆ, ਹੈ ਨਾ, ਸਾਰੀ ਦੁਨੀਆ ਨਾਲ ਕਨੈਕਟ ਹੋ ਗਿਆ, ਹੈ ਨਾ, ਆਪਣਾ, ਫਿਰ ਵੀ ਇਹ ਦੱਬ ਦਿੰਦੇ ਆਪਣੀ ਗੱਲ ਨੂੰ ਘੁਮਾ ਫਿਰਾ ਦਿੰਦੇ ਹੈਗੇ। ਅਤੇ ਉਦੋਂ ਜਦੋਂ ਮੰਨ ਕੇ ਚਲੋ ਕੋਈ ਇੰਟਰਨੈੱਟ ਨਹੀਂ ਸੀ, ਹੈ ਨਾ, ਕੋਈ ਸਾਧਨ ਨਹੀਂ ਸੀਗਾ ਦੂਰ ਸੰਚਾਰ ਵਾਲਾ, ਉਹਨਾਂ ਟਾਈਮਾਂ 'ਚ ਤਾਂ ਤੁਸੀਂ ਲਾ ਲਓ ਸਾਹਿਬ ਵੀ ਬਈ ਕਿੰਨਾ ਕੁ ਜ਼ਿਆਦਾ ਕੂੜ ਪ੍ਰਚਾਰ ਕੀਤਾ ਹੋਊਗਾ, ਹੈ ਨਾ, ਸਰਕਾਰਾਂ ਨੇ, ਅਤੇ ਮਤਲਬ ਜਿਹੜਾ ਕੋਈ ਮਰਜ਼ੀ ਆਪਦੇ ਵੱਲੋਂ ਹੀ ਦਿਖਾ ਸਕਦੇ ਸੀ, ਆਪਦੇ ਵੱਲੋਂ ਹੀ ਝੂਠੀ ਅਫਵਾਹ ਫੈਲਾ ਸਕਦੇ ਸੀਗੇ ਅਤੇ ਸਿੰਘਾਂ 'ਤੇ ਦੋਸ਼ ਲਾ ਸਕਦੇ ਸੀਗੇ। ਬਸ ਇਹੀ ਸੀਗੀ ਬਈ ਵੀਡੀਓ, ਅਤੇ ਬਾਕੀ 6 ਜੂਨ ਵਾਲੀ ਵੀਡੀਓ ਦੇ ਵਿੱਚ ਸਾਰਾ ਕੁਛ ਆਪਾਂ ਨੂੰ ਦੇਖਣ ਨੂੰ ਮਿਲੇਗਾ, ਹੈ ਨਾ, ਵੀ ਕੀ ਹੋਇਆ ਸੀਗਾ, ਹੈ ਨਾ, ਮਤਲਬ ਐਗਜੈਕਟਲੀ
ਗੋਲੀਬਾਰੀ ਕਿਵੇਂ ਹੋਈ ਸੀਗੀ, ਕਿਹਨੇ ਕਿਹਨੇ ਕੀ ਕੁਛ ਕੀਤਾ ਸੀਗਾ, ਹੈ ਨਾ, ਮਤਲਬ ਸਾਰਾ ਕੁਛ ਆਪਾਂ ਨੂੰ 6 ਜੂਨ ਵਾਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ। 5 ਜੂਨ ਵਾਲੀ ਵੀਡੀਓ 'ਚ ਬਈ ਆਪਾਂ ਨੂੰ ਮੇਨ ਪਤਾ ਲੱਗ ਗਿਆ ਵੀ ਕਿੱਥੇ ਕਿੱਥੇ ਮੋਰਚੇ ਸੀਗੇ, ਕੌਣ ਕੌਣ ਅਗਵਾਈ ਕਰ ਰਿਹਾ ਸੀਗਾ, ਹੈ ਨਾ, ਬੀਬੀਆਂ ਵੀ ਅਗਵਾਈ ਕਰ ਰਹੀਆਂ ਸੀਗੀਆਂ ਕਈ ਥਾਵਾਂ 'ਤੇ, ਤਾਂ ਇਹ ਚੀਜ਼ਾਂ ਪਤਾ ਲੱਗੀਆਂ ਆਪਾਂ ਨੂੰ, ਅਤੇ 6 ਜੂਨ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਸਾਰਾ ਕੁਛ ਕਲੀਅਰ ਹੋਊਗਾ ਬਈ। ਸੋ ਇਹੀ ਸੀਗੀ ਬਈ ਵੀਡੀਓ, ਅਤੇ ਯਾਰ ਕੁੱਲ ਮਿਲਾ ਕੇ ਬਸ ਮੈਂ ਇਹੀ ਕਹਿਣਾ ਚਾਹੂੰਗਾ ਯਾਰ ਵੀ ਵੱਧ ਤੋਂ ਵੱਧ ਯਾਰ ਇਹ ਜੀਆਂ ਵੀਡੀਓ ਸ਼ੇਅਰ ਕਰਿਆ ਕਰੋ, ਆਪਣੀ ਵੀਡੀਓ ਨੂੰ ਭਾਵੇਂ ਕੋਈ ਕਰਿਓ ਨਾ ਕਰਿਓ ਸ਼ੇਅਰ, ਲਿੰਕ ਦਊਂਗਾ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਆਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਈ ਆਪਣੇ ਯਾਰਾਂ ਦੋਸਤਾਂ ਨਾਲ, ਘੱਟੋ ਘੱਟ ਆਪਣੇ ਜਵਾਕਾਂ ਨੂੰ ਤਾਂ ਜ਼ਰੂਰ ਦਿਖਾਇਓ ਬਈ ਵੀਡੀਓ, ਠੀਕ ਆ। ਅਤੇ ਬਸ ਇਹੀ ਸੀਗੀ ਬਈ ਵੀਡੀਓ, ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਬਈ ਬਸ ਯਾਰ ਸ਼ੇਅਰ ਕਰ ਦਿਓ, ਆਹ ਜਿਹੜੀ ਬਾਈ ਦੀ ਵੀਡੀਓ ਹੈਗੀ, ਹੈ ਨਾ, ਜਿਹਨੇ ਇਹ ਵੀਡੀਓ ਬਣਾਈ ਹੈਗੀ, ਉਹ ਜ਼ਰੂਰ ਸ਼ੇਅਰ ਕਰ ਦਿਓ। ਬਸ ਇਹੀ ਸੀਗੀ ਵੀਡੀਓ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਧੰਨਵਾਦ। Give me your mic without a wire. Sounds steadily, sounds steadily.